ਮੇਰਾ ਪਿੰਡ ਫੂਕ ਦੋਗੇ ਸਾਰਾ ਤਾਂ ਫੋਟੋ ਆਪਣੇ ਬੁੜੇ ਨੂੰ ਪੁੱਛ ਕੇ ਪਾਈ ਉਹ ਤੇਰੀ ਕੁੱਲ ਖਤਮ ਕਰ ਦੋਗੇ ਸਾਲੇ ਦੀ ਸਾਰੀ ਪਾ ਟਾਈਮ ਪੋਣਾ ਪਾ ਲੈ ਜਿੱਥੇ ਮਰਜ਼ੀ ਤੇਰਾ ਬੁੜਾ ਪਹਿਲਾਂ ਹੀ ਬੈਠਾ ਹੁੰਦਾ ਸਾਰਾ ਤੇ ਮੋਟਰ 'ਤੇ ਜਿੱਥੇ ਮਰਜ਼ੀ ਆ ਜੀ ਤਿੰਨ ਆ ਓਏ ਕਿਹੜਾ ਬੋਲਦਾ ਤੂੰ ਉੱਥੇ ਜਾ ਕੇ ਰਹਿ ਕੇ ਨਾ ਉਹ ਇਹਨੂੰ ਐਡੀ ਦੂਰ ਆਪੇ ਜੂਰੇ ਵੜੂਰੀ ਉਹ ਨੇੜੇ ਰੱਖਣ ਦੇ ਤੂੰ ਐਡੀ ਦੂਰ ਫਿਰ ਹਾਂ ਉੜੀ ਜੀ ਖੜ ਜਾ ਉਰੇ ਤੇ ਉੱਠ ਕੇ ਜਾਣਾ ਹੁੰਦਾ ਤੂੰ ਉੱਠ ਕੇ ਜਾਵਾਂ ਫਿਰ ਕਾ ਇੱਕ ਨਹੀਂ ਮੈਂ ਜਾਊਂਗਾ ਉਹ ਆ ਕੇ ਫੇਰ ਬਹਿ ਜੀ ਉੱਥੇ ਉੱਠ ਕੇ ਜੇ ਫੇਰ ਬੈਠ ਜੀ ਹਾਂ ਜਾ ਕੇ ਠੰਡਾ ਹੋ ਜੀ ਫਿਰ ਉੱਥੇ ਬਹਿ ਜੀ ਠੀਕ ਹੈ ਨਾ ਬਾਈ ਯਾਰ ਗੱਲ ਸਮਝ ਨਹੀਂ ਹੁੰਦੀ ਆ ਸਤਾਲ ਲੱਗਦਾ ਆਖੀ ਯਾਰ ਹੈ ਨਾ ਬਾਈ ਉਹ ਤੁਸੀਂ ਕਹਿਣਾ ਫਿਰ ਤਾਂ ਕੰਨੇ ਜਾਣਾ ਨਹੀਂ ਪਹਿਲਾਂ ਪੂਰੀ ਲਾਉਂ ਤਾਂ ਕਰ ਆ ਉਹ ਹੀ ਬਾਤ ਪਹਿਲਾਂ ਉਹਨੇ ਸ਼ੁਰੂ ਤੋਂ ਸਟਾਰਟ ਕਰਾਂ ਵੀ ਹਾਂ ਕੌਣ ਬੋਲਦਾ ਨਾ ਉਹ ਬੋਲਦਾ ਉਹਦਾ ਬੋਲਦਾ ਹੁਣ ਕਿੱਥੇ ਸਟਾਰਟ ਕਰਨਾ ਉਹਦੇ ਬਾਅਦ ਕੀ ਬੋਲ ਬਾਈ ਦੇਖ ਲਓ ਕਿਆ ਬਣਾਉਣਾ ਤੂੰ ਕਹਿ ਕੇ ਲੈ ਬਾਈ ਕਹ ਲੈ ਬਾਈ ਕੜਤੀਆਂ ਗਾਲਾਂ ਕੇ ਬਾਪ ਬੋਲਦਾ ਮੈਂ ਤਾਂ ਫੋਟੋ ਕਿਹਨੂੰ ਪੁੱਛ ਕੇ ਪਾਈ ਉਹ ਕਰ ਕਰ ਸਿਵੇਂ ਗਾਲਾਂ ਕੱਢ ਅੱਤ ਦੀ ਅੱਤ ਨਾ ਉਹ ਹੈਲੋ ਕਿਹੜਾ ਬੋਲਦਾ ਕੈਂਡੀ ਨੂੰ ਬਣਾ ਦੀ ਕੈਂਡੀ ਨੂੰ ਬਣਾ ਦੀ ਫੋਨ ਦੇ ਤੇਰੀ ਕਿਹੜਾ ਕੋ ਤੇਰੀ ਨਾ ਕੋਈ ਕਿਹੜਾ ਬਾਦੀ ਦਾ ਕੋਈ ਕੋਈ ਦੱਸੋ ਉਹਨੂੰ ਬੁਲਾਈ ਇਹਨੂੰ ਬੜਾ ਦੀ ਫੋਟੋ ਨਾ ਫੋਟੋ ਪੁੱਛ ਕੇ ਭਾਈ ਦਾ ਇਹ ਜਿਆਦਾ ਵੀਜ਼ੀ ਚ ਜਾ ਰਹੇ ਨੇ ਸੀਰੀਅਸ ਨਾ ਬਣਦਾ ਪਿਆ ਉਹ ਇਹਨੂੰ ਬੜਾ ਦੀ ਕਾ ਭਾਈ ਤੂੰ ਇਹਨੂੰ ਉਸਤਾਦ ਬਣਾ ਦੀ ਕੈਂਡੀ ਉਸਤਾਦ ਕਾ ਫੜ ਕੇ ਦੇ ਹੋ ਜਾ ਦੇਓ ਜੀ ਸੋਨੇ ਦੇ ਨੰਬਰ ਮੰਗਾਇਆ ਮੰਗਾ ਲੈ ਯਾਰ ਤੂੰ ਛੱਤੀ ਨਾਟਕ ਆਰਾ ਗਰੁੱਪ ਕਹੀਂ ਠੀਕ ਆ 1 2 3 ਸਟਾਰਟ ਆਹ ਫੋਟੋ ਉਹ ਯਾਰ ਆ ਤਾਂ ਮੈਂ ਰਾਤੇ ਐਡਿਟ ਕਰਤੀ ਸੀ ਅੱਛਾ ਹਾਂ ਪਹਿਲੀ ਸਲਾਹ ਬਣਾ ਲਈ ਤੀ ਫਿਰ ਪਹਿਲੀ ਸਲਾਹ ਬਣਾ ਲਈ ਤੀ ਸਾਲਾ ਕੀ ਬੋਲੀ ਜਾਂਦਾ ਬੜ ਗਈ ਕਰ ਇਹਨੂੰ ਨੰਬਰ ਮੰਗਵਾਏ ਤਾਂ ਸਾਲੇ ਤੇ ਜਲਦੀ ਠੀਕ ਆ ਉਹ ਤੂੰ ਕਹਿ ਦੀ ਕਿ ਆ ਗਿਆ ਭਾਈ ਨੰਬਰ ਤੂੰ ਜਰੇ ਐਵੇਂ ਕਹਿ ਦੀ ਯਾਨੀ ਕਿ 1 2 ਮਿੰਟ ਹੁਣ ਕਾ ਕਰਤੇ ਸਟਾਰਟ ਕਰਾਂ ਨਾ ਮੈਂ ਕਹੂੰਗਾ ਸਾਲੇ ਤੇ ਨੰਬਰ ਮੰਗਾਣਾ ਤੂੰ ਹੀ ਹਾਂ ਕਰ ਕਰ ਮੈਸੇਜ ਕਰ ਕਮੈਂਟ ਕਰ ਇਹਨੂੰ ਚੱਲ ਤੂੰ ਨਾ ਸਾਲੇ ਤੇ ਨੰਬਰ ਮੰਗਾਣਾ ਹੁਣੇ ਤੂੰ ਕਰ ਕਰ ਸਾਲੇ ਕਮੈਂਟ ਕਰ ਨੰਬਰ ਮਿਲਾ ਕਿਹੜਾ ਸਾਲਾ ਇਹ ਯਾਰ ਉਸਤਾਦ ਜੀ ਦੀ ਬੇਇੱਜ਼ਤੀ ਕਿਣ ਕਰੀ ਨੇ ਕਰ ਸਾਲਾ ਮੰਗਾ ਯਾਰ ਛੇਤੀ ਮੰਗਾ ਤੂੰ ਮੇਰੇ ਤੋਂ ਬੈਠ ਨਹੀਂ ਹੁੰਦਾ ਹੈ ਯਾਰ ਠੀਕ ਕਰ ਦੇ ਯਾਰ ਕਰ ਤਾਂ ਜੱਗਾ ਹੋਇਆ ਤਾਂ ਜਲਦਾ ਉਹ ਠੀਕ ਤਾਂ ਹੈ ਤਾਂ ਯਾਰ ਪਛਾਣ ਚ ਨੀ ਆਉਂਦਾ ਬਈ ਯਾਰ ਕੌਣ ਹੈ ਹੈਪੀ ਫੋਨ ਕੱਢਿਆ ਪਤਾ
ਐ ਕਰਕੇ ਬੈਡ ਫੋਨ ਕੱਢਿਆ ਪਤਾ ਬਚਣਾ ਐਵੇਂ ਦੇਖ ਰਿਹਾ ਤਾਂ ਐਵੇਂ ਹਾਂ ਬਚਣਾ ਉੱਪਰ ਨਹੀਂ ਸੱਤ ਬਚਣ ਨਹੀਂ ਦੇਖ ਰਿਹਾ ਤਾਂ ਫੋਨ ਚ ਨੂੰ ਦੇਖ ਰਿਹਾ ਤਾਂ ਉਹ ਬਾਈ ਆ ਦੇਖ ਉਸਤਾਦ ਦਾ ਕੀ ਹੱਲ ਕਰੇ ਆ ਉਹ ਆਹ ਕਮੈਂਟ ਕਰ ਰਿਹਾ ਤਾਂ ਨੰਬਰ ਮੰਗਾਇਆ ਤਾਂ ਸਾਡੇ ਦਾ ਕਿਹੜਾ ਇਹ ਹਾਂ ਚੱਲ ਠੀਕ ਹੈ ਸੈਕਟ ਹੈ ਮਰ ਜਾ ਕਹੀਂ ਓਏ ਆਹ ਕੌਣ ਹੈ ਇਹਨੂੰ ਸਾਲੇ ਨੂੰ ਕਮੈਂਟ ਕਰਕੇ ਨੰਬਰ ਮੰਗਵਾਇਆ ਦਾ ਐਂਡਾ ਬਾਈ ਚੱਲ 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 ਠੀਕ ਹੈ ਮੈਂ ਇੱਧਰ ਆ ਜਾਵਾਂ ਸਟਾਰਟ ਹੈ ਸਟਾਰਟ ਹਾਂ ਉਹ ਦੇਖ ਉਸਤਾਦ ਦਾ ਕਿਹੜਾ ਕੌਣ ਹੈ ਉਸਤਾਦ ਹੈ ਉਹ ਵਧੀਆ ਯਾਰ ਬੜਾ ਉਹ ਵਧੀਆ ਦੀ ਯਾਰ ਉਸਤਾਦ ਇਹ ਭੁੱਲ ਗਿਆ ਬੜਾ ਬਾਬੇ ਪਾਤੀ ਲੈ ਪੋਸਟ ਕਹਦੇ ਕਾਲੀ ਬਣਾ ਗਿਆ ਇਹ ਤੁਹਾਡੀ ਕਹਿੰਦਾ ਉਹ ਦੇਖ ਉਹ ਸਾਰੇ ਕਾਲੀ ਆ ਆ ਕੇ ਜਲੂਸ ਕੱਢਦਾ ਆ ਉਰੇ ਦਾ ਨਹੀਂ ਹੈ ਕਾਲੀ ਉਹਨੇ ਤਾਂ ਠੀਕ ਬਣਾਈ ਦੀ ਆ ਰਾਈ ਦਿਖਾ ਦਿਖਾ ਕਾਲੀ ਆ ਜਲੂਸ ਉਹਨੇ ਤਾਂ ਐਂ ਠੀਕ ਬਣਾਈ ਹੋਰ ਲੈ ਮੈਂ ਫਿਰ ਗਾਣਾ ਗਾ ਐਪੀ ਸਟਾਰਟ ਆਨ ਕਰਦੇ ਉਹ ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ ਆਹਾ ਵਾਹ ਬੜੀ ਬਾਈ ਤੇਰੀ ਗਾਣਾ ਕਢਾ ਦੀ ਤੇਰਾ ਫਿਰ ਉਹ ਨਾ ਨਾ ਬਾਈ ਆ ਆਪਾਂ ਸਿੱਧੂ ਮੂਸੇ ਵਾਲਾ ਬਣ ਜੂਗੇ ਹੋਰ ਲੈ ਤੇਰੇ 10 ਮਿਲੀਅਨ ਵਿਊ ਕਰਾ ਦਾਂਗੇ ਨਾ ਨਾ ਬਾਈ ਉਸਤਾਦ ਦੇ ਉੱਪਰ ਨਹੀਂ ਜਾਣਾ ਨਾ ਛੱਡ ਹੋਰ ਸੁਣਾ ਪੈਂਦਾ ਮੀਤਾ ਜੀ ਕੋਈ ਉਹ ਲੈ ਬਾਈ ਤੈਨੂੰ ਅੱਜ ਸਵੇਰ ਦੀ ਦੱਸਦਾ ਬਾਈ ਇੱਕ ਲੰਡੂ ਆ ਰਸਤੇ ਵਿੱਚ ਖੜਾ ਬੁਲਟ ਚੱਕੀ ਹਨਾ ਮੈਂ ਚੱਲ ਕੋਲ ਖੜ ਗਿਆ ਕਹਿੰਦਾ ਖਰਾਬ ਹੋ ਗਿਆ ਮੈਂ ਕਿਹਾ ਚੋਬਰ ਪੈਟਰੋਲ ਦਾ ਪਵਾ ਲੈ ਹਨਾ ਕਹਿੰਦਾ ਪੈਟਰੋਲ ਹੈਗਾ ਫਿਰ ਬਾਈ ਬਾਅਦ ਚ ਕਹਿਣ ਲੱਗ ਗਿਆ ਕਹਿੰਦਾ ਖਰਾਬ ਹੋ ਗਿਆ ਚੱਲ ਕਹਿੰਦਾ ਚੋਕ ਚੂਕ ਕੱਢ ਗਈ ਹੋਣੀ ਮੈਂ ਚੱਲ ਸੁਣੀ ਗਿਆ ਗੱਲਾਂ ਕਿਆ ਕਹਿੰਦਾ ਫਿਰ ਕਹਿੰਦਾ ਬਾਈ ਲੱਤ ਲਵਾ ਦੇ ਅਸੀਂ ਲੱਤ ਲਵਾਨੇ ਕਹਿ ਉਹ ਚੱਲ ਕੋਈ ਨੀ ਯਾਰ ਦੁਨੀਆ ਮਤਲਬ ਦੀ ਹੁੰਦੀ ਸਾਰੀ ਉਹ ਮਤਲਬ ਦੀ ਤਾਂ ਠੀਕ ਹੈ ਯਾਰ ਇਹ ਜੇ ਮਤਲਬ ਵੀ ਬਹੁਤ ਘੱਟ ਦਿਖਦੇ ਆ ਦੁਨੀਆ 'ਚ ਇਹ ਸਾਲੇ ਫੁੱਦੂ ਸਮਝਦੇ ਸਾਨੂੰ ਠੀਕ ਹੈ ਨਾ ਹਾਂ ਚੱਲ ਕੋਈ ਨੀ ਇਹਨਾਂ ਨੂੰ ਜੁੱਤੀ ਥੱਲੇ ਰੱਖਣਾ ਚਾਹੀਦਾ ਉਹ ਜੁੱਤੀ ਥੱਲੇ ਰੱਖੇ ਦੁਨੀਆ ਕਰੀ ਦੀ ਨੀ ਕੇਰ ਪੂਰੀ ਬਾਬੇ ਦੀ ਆ ਮੇਰੇ ਜੱਟ ਜੁੱਤੀ ਥੱਲੇ ਰੱਖੇ ਦੁਨੀਆ ਗਾਣਾ ਤਾਂ ਰੱਖਣਾ ਦੇਣਾ ਫਿਰ ਉਹਨਾਂ ਨਾ ਬਾਈ ਆ ਲੈ ਉਸਤਾਦਾਂ ਦੇ ਬਚਨ ਹੈ ਉੱਪਰ ਨਹੀਂ ਚਾਹੀਦਾ ਉਸਤਾਦਾਂ ਦੇ ਉੱਪਰ ਤੁਹਾਨੂੰ ਲੈ ਜੂਗੇ ਯਾਰ ਲੰਡੂ ਆ ਬੁਲਟ ਖੜਾਈ ਬੈਠਾ ਰੋਡ ਪਾ ਮੈਂ ਚੱਲ ਜਾ ਰਿਹਾ ਥਾ ਮੈਂ ਰੋਕ ਲਿਆ ਉੱਥੇ ਮੈਂ ਪੁੱਛਿਆ ਬਾਈ ਕਿਆ ਹੋ ਗਿਆ ਕਹਿੰਦਾ ਪੈਟਰੋਲ ਮੁੱਕ ਗਿਆ ਮੈਂ ਕਿਹਾ ਫੁੱਦੂ ਪੈਟਰੋਲ ਦਾ ਪਵਾ ਲੇ ਕਰ ਸਾਲਿਆ ਫੁੱਦੂ ਕਰਦਾ ਸਾਡਾ ਚੱਲ ਕਿਸੇ ਦੀ ਮਦਦ ਕਰਨਾ ਸਹੀ ਹੈ ਯਾਰ ਰੱਬ ਦਾ ਰੂਪ ਹੈ ਵੀ ਮਦਦ ਤਾਂ ਸਹੀ ਹੈ ਉਹ ਤਾਂ ਪਾਗਲ ਬਣਾਉਂਦਾ ਦਾ ਲੋਕਾਂ ਨੂੰ ਅੱਛਾ ਹਨਾ ਅਸੀਂ ਖੜਾ ਨਾਲੇ ਪੈਟਰੋਲ ਹੈਗਾ ਦਾ ਫੁੱਦੂ ਖਿੱਚਦਾ ਦਾ ਲੋਕਾਂ ਦਾ ਹਾਂ ਫੁੱਦੂ ਖਿੱਚਦਾ ਦਾ ਮੈਂ ਕਹਿੰਦਾ ਲੱਤ ਲਾ ਦੇ ਕਿਸੇ ਲਾ ਦੇਣੀ ਲੱਤ ਫੁੱਦੂ ਗੱਲਾਂ ਕਰੀ ਯਾਰ ਓਏ ਐ ਕਹਦੀ ਕਿ ਸਾਡੇ ਪਿਤਾ ਜੀ ਦਾ ਬੁਰਾ ਹਾਲ ਕਰਤਾ ਉਸਤਾਦ ਕਹੂੰਗੇ ਉਸਤਾਦ ਹਾਂ ਉਸਤਾਦ ਬਾਹਾਂ ਚੜਾਣ ਮੈਂ ਕਿ ਇੱਕ ਨਹੀਂ ਰਹਿਣ ਦਾ ਗੁੰਡਾ ਟੱਚ ਜੀ ਚ ਆ ਜਾ ਟੱਚ ਜੇ ਚਾਹੀਦਾ ਕਰ ਦੇ ਬਸ ਬਸ ਹਾਂ ਹੋਰ ਨਵੀਂ ਤਾਜੀ ਕੋਈ ਮੈਂ
ਠੀਕ ਹੈ ਤੂੰ ਕਾਹਨੂੰ ਦਿਖਾਣੀ ਆਪਾਂ ਨੇ ਕਾਹਨੂੰ ਦਿਖਾਣੀ ਦਿਖਾ ਵੀ ਦੋ ਆਪਾਂ ਜਿਹੜਾ ਬਾਈ ਦੇਖੀ ਕਿੰਨੀ ਆ ਰਹੀ ਸਾਡੀ ਬਾਈ ਦੀ ਮੈਂ ਕਹਿੰਦਾ ਬਣਾਏ ਲਈ ਸੀ ਤੂੰ ਉਸ ਵਾਲੇ ਦੀ ਕੁੱਤਾ ਲਾਏ ਰਹੀ ਹੈ ਮੈਂ ਕਹਿੰਦਾ ਕਿਹੜੀ ਇਹਨੇ ਨਾ ਕਰ ਪੱਤੇ ਦੀ 1 2 3 ਸਟਾਰਟ ਆਹਾ ਫੋਟੋ ਉਹ ਆਤਾ ਬਾਬੇ ਮੈਂ ਰਾਤੇ ਡਿਟ ਕਰੀ ਬੈਠਾ ਹਾਂ ਅੱਛਾ ਹਾਂ ਪਹਿਲਾਂ ਸਕੀਮ ਲਾ ਲਈ ਤੀ ਹੋਰ ਹੋਰ ਲੈ ਲੈ ਵੀ ਆ ਕਰਤੀ ਆਪਾਂ ਨੇ ਫੋਟੋ ਅਪਲੋਡ ਹੁਣ ਦੇਖੀ ਨਾਟ 11 ਗ੍ਰੁੱਪ ਕਿਵੇਂ ਕਰਦਾ ਮੈਂ ਟਿੱਕਾ ਨਿਕਲ ਗਿਆ ਹੁਣ ਤਾਂ ਇਹਨਾਂ ਦੀਆਂ ਪੂਰੀਆਂ ਉਹ ਨਾਟ 11 ਗ੍ਰੁੱਪ ਦੀ ਹੁਣ ਦੇਖੀ ਕਿਵੇਂ ਤੂੰ ਮੈਂ दस मिनट दे अंदर अंदर देखी हुण तू चीका पेंदियां आहो आहो कमेंटां नाल देखी पतंदरां नूं नींद नहीं आणी आपा नींद नहीं आउणी अज देखी देख तां सही यार फोटो देखदा मैं बणाई तां देखिया ए मैं भी करदा चार पांच कमेंट इकट्ठे हो तू ना करी यार तू पुट्ठे कमेंट करी तू पुट्ठे करने आ हुण मैं सीधे करने आ लगदा तैनूं नाले करवा आहो आहो ਲੈ ਵੀ ਚਾਹ ਕਿਵੇਂ ਜੇ ਬੈਠੇ ਦੱਸ ਫੋਟੋ ਹੁੰਦਾ ਤੂੰ ਕਹੀਂ ਕਿ ਫੋਟੋ ਕਹੋ ਤਾਂ ਮੈਂ ਰਾਤ ਐਡਿਟ ਕਰਤੀ ਸੀਗਾ ਤੇ ਬੈਠੇ ਬੈਠੇ ਤੂੰ ਕਹੀਂ ਕਿ ਯਾਰ ਫੋਟੋ ਉਹਨੂੰ ਐਡਿਟ ਉਹ ਮੈਂ ਯਾਰ ਰਾਤ ਕਰਤੀ ਦੀ ਆ ਸਲਾਹ ਰਾਤ ਬਣਾ ਲਈ ਦੀ ਆਪਾਂ ਨੇ ਚਲ ਕਹਦਾ ਹੁਣ ਦੇਖੀ ਮੈਂ ਬਣਾ ਲਈ ਜੇ ਕਹਿਆ ਆਪਾਂ ਨੇ ਨਹੀਂ ਮੈਂ ਕਹਦਾ ਹੁਣ ਦੇਖੀ ਕਹਦੇ 10 ਮਿੰਟਾਂ ਚ ਕਹਦੇ ਤਾਂ ਸਿੱਧੂ ਮੂਸੇ ਵਾਲੇ ਦੀ ਕਹਦੇ ਚਲ ਨਹੀਂ ਤੂੰ ਕਹੀਂ ਲੈ ਹੁਣੇ ਦੇਖੀ ਤੂੰ ਵੀ ਆ ਜਾ ਉਸਤਾਦ ਚਲ ਤੂੰ ਚੱਲ ਹੋਰ ਕੈਂਡੀ ਕੀ ਹਾਲ ਹੈ ਬਸ ਠੀਕ ਹੈ ਹੋਰ ਵਧੀਆ ਅੱਛਾ ਸੈੱਟ ਹੈ ਕੈਮਰਾਮੈਨ ਕੈਮਰਾਮੈਨ ਸੈੱਟ 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 ਹੈ ਬਸ ਸੈੱਟ ਹੈ ਥੱਲੇ ਦੇ ਬਣਾ ਥੱਲੇ ਦੇ ਬੈ ਕੇ ਥੱਲੇ ਪੱਗ ਸੈੱਟ ਹਾਂ ਹਾਂ ਐਨ ਕੈਮ ਹੈ ਕਰਨਾ ਸੈੱਟ ਹੋਇਆ ਕਿ ਜੇ ਪਿੰਡ ਵਾਲੇ ਦੇਸੀ ਬੱਲੀਏ ਚਲ ਕੀ ਕਹਣਾ ਕੋਈ ਨਹੀਂ ਚੱਲਣ ਦੇ ਪੈਨ ਹੀ ਚੱਲਣ ਦੇ ਚਲ ਡਿਸਲਾਈਕ ਬਹੁਤ ਆ ਬਸ ਬਸ ਉਵੇਂ ਕਹਿੰਦਾ ਬਸ ਤੂੰ ਟੱਚ ਕਰਦੀ ਬਸ ਮੈਂ ਜਿਵੇਂ ਮਰਜ਼ੀ ਕਰਾਂ ਠੀਕ ਆ ਚੱਲ ਛੇਤੀ ਕਰੋ ਯਾਰ ਅਸੀਂ ਤਾਂ ਇੱਕ ਵਾਰ ਚ ਕਰਤੇ ਆ ਕਿ ਕਨਵਰ ਤੂੰ ਪਹਿਲਾਂ ਹੀ ਨਾ ਕਹੇ ਕਰ ਪਰ ਕੈਪਸ਼ਨ ਚੱਲ ਬਈ ਆ ਜਾ ਪਹਿਲਾਂ ਮੜੀ ਗੱਲ ਗੱਲ ਜਾਨੀ ਕਿ ਮੈਨੂੰ ਫੋਨ ਚੱਕਣ ਦੇ ਇੱਕ ਦੋ ਦਿਨ ਉਹ ਗੱਲਾਂ ਕਰਦੇ ਰਹੋ ਉਹ ਤੂੰ ਫੋਨ ਕਰ ਕਨਵਰ ਕਾਬਾ ਠੀਕ ਆ ਕੋਈ ਗੱਲ ਨਹੀਂ ਬਾਬੂ ਵੀ ਮਰੀ ਜਾਣੀ ਗੱਲਾਂ ਚੱਲ 1 2 3 ਸਟਾਰਟ ਚੱਲ ਬਈ ਆਹੋ ਆਹੋ ਠੀਕ ਆ ਬੈਲੇ ਨਹੀਂ ਬੈਠੇ ਆਪਾਂ ਉਰੇ ਚੱਲ ਠੀਕ ਆ ਹੁਣ ਤਾਂ ਚੱਲ ਮੈਂ ਕੈਪਸ਼ਨ ਵਾਲੀ ਕਹਿ ਦੂੰ ਤੂੰ ਆ ਗਿਆ ਚੱਲ ਓਏ ਬਾਈ ਚੱਲ ਸਟਾਰਟ ਮੈਂ ਕੈਪਸ਼ਨ ਵਾਲੀ ਕਹਿ ਰਿਹਾ 1 2 3 ਸਟਾਰਟ कमाल है दो यार बन गई बेटा ਤੂੰ ਜਾ ਤੇਰੇ ਮੰਮੀ ਹੱਥ ਨਹੀਂ ਨਹੀਂ ਬਾਈ ਤੂੰ ਜਾ ਯਾਰ ਮੈਂ ਆਪੇ ਚ ਕਰ ਦੂੰਗਾ ਚੱਲ ਠੀਕ ਹੈ